ਔਰ ਫਾਰਨ ਫੰਡਿੰਗ ਕੇਸ ਦੇ ਵਿੱਚ ਸਿਰਫ 60 ਸਫਾਤ ਜਿਹੜੇ ਨੇ ਉਹ ਬਾਹਰ ਆਏ ਨੇ 940 ਸਫੇ ਉਹਨਾਂ ਕਿ ਆਸਾਨੀਏ ਕੱਢਨੇ ਕਿਉਂਕਿ ਇਹਨਾਂ ਦੀ ਜਾਨਾਂ ਨੂੰ ਖਤਰੇ ਹੋ ਜਾਣੇ ਉਹਦੇ ਵਿੱਚ ਐਸਾ ਮਵਾਦ ਹੈ ਤੇ ਤੁਹਾਡੀ ਸੋਚ ਉੱਥੇ ਗੁੰਮ ਹੋ ਜਾਂਦੀ ਹੈ ਅਸੀਂ ਤੁਹਾਨੂੰ ਦੱਸਾਂਗੇ ਕਿ ਕੀ ਹੋ ਸਕਦਾ ਵਿੱਚ ਔਰ ਇਹ ਪੈਸਾ ਕਦੋਂ ਆਂਦਾ ਰਿਹਾ ਠੀਕ ਹੈ ਨਾ ਜਦੋਂ ਤੁਹਾਨੂੰ ਯਾਦ ਹੈ ਨਾ ਆਂਦਾ ਸੀ ਕਿ ਅੱਜ ਰਾਤ 12 ਵਜੇ ਉਂਗਲ ਖੜੀ ਹੋਣੀ ਹੈ ਅੰਪਾਰ ਦੀ ਜਦੋਂ ਟਰਨਾ ਦਿੱਤਾ ਸੀ ਉਦੋਂ ਇਹ ਪੈਸਾ ਆ ਰਿਹਾ ਸੀ ਉਦੋਂ ਇਹ ਰਾਇਲ ਸ਼ਰੀਫ ਦੇ ਨਾਲ ਮਿਲ ਕੇ ਤੇ ਨਵਾਸ਼ ਸ਼ਰੀਫ ਨੂੰ ਕੱਢਣਾ ਚਾਹੁੰਦੇ ਸੀ ਫਿਰ 31 ਅਗਸਤ ਨੂੰ ਬੰਦਾ ਗੱਲਿਆ ਅੰਦਰ ਮੁਬਈਨਾ ਤੌਰ ਤੇ ਮਲਕ ਰਿਆਜ਼ ਰਾਤ 2 ਵਜੇ ਮੀਆਂ ਸਾਹਿਬ ਰੈਸਟ ਫਰਮਾ ਰਹੇ ਸੀ ਉਹ ਅੰਦਰ ਜਾਂਦਾ ਤੇ ਜਾ ਕੇ ਆਂਦਾ ਮੀਆਂ ਸਾਹਿਬ ਅਸਤੀਫਾ ਦਿਓ ਦਿਓ ਹਾਲਾਤ ਬੜੇ ਖਰਾਬ ਨੇ ਉਹਨਾਂ ਕਹਿਆ ਉਹਨਾਂ ਨੂੰ ਜਾ ਕੇ ਕਹਿ ਕਿ ਜ਼ੋਰ ਲਾ ਲੋ ਸਾਰਾ ਮੀਆਂ ਅਸਤੀਫਾ ਨਹੀਂ ਦਿੰਦਾ ਕਿ ਦੌੜ ਜਿਓ ਇੱਥੋਂ ਉਸ ਤੋਂ ਬਾਅਦ ਫਿਰ ਉਹ ਪਸ਼ਾਵਰ ਦੇ ਵਿੱਚ ਉਹ ਵਾਕਿਆ ਨਹੀਂ ਸੀ ਹੋਇਆ ਜਿਹੜਾ ਕਈ ਕਹਿੰਦੇ ਨੇ ਕਿ ਕਿਸੇ ਕਰਾਇਆ ਸੀ ਉਹ ਧਰਨਾ ਚੁੱਕਣ ਵਾਸਤੇ ਉਸ ਤੋਂ ਬਾਅਦ ਫਿਰ ਉਹ ਆਇਆ ਸੀ ਬੜੀ ਕੋਸ਼ਿਸ਼ ਕੀਤੀ ਰਾਇਲ ਸ਼ਰੀਫ ਦੇ ਨਾਲ ਮਿਲ ਕੇ ਉਂਗਲੀ ਖੜੀ ਹੋ ਜਾ ਲੇਕਿਨ ਮੀਆਂ ਨੇ ਕਿਹਾ ਨਾ ਤੁਸੀਂ ਬੱਚੇ ਲੱਗਦੇ ਹੋ ਸਾਡੇ ਅਜੇ ਤੁਸੀਂ ਇੱਥੇ ਆ ਤਰੇਜ਼ ਹਜ਼ਾਰ ਡੰਡੀਆਂ ਹੋ ਰੰਡੇ ਲੈ ਕੇ ਆ ਗਏ ਹੋ ਤੇ ਮੈਨੂੰ ਕਹਿੰਦੇ ਅਸਤੀਫਾ ਦਿਓ ਤੁਹਾਡੀ ਐਸੀ ਦੀ ਤਰਸੀ ਠੀਕ ਹੈ ਕਸੂਰ ਕੀ ਸੀ ਕਿ ਇੱਕ ਐਕਸਟੈਂਸ਼ਨ ਨਹੀਂ ਸੀ ਦਿੱਤੀ ਮੀਆਂ ਨੇ ਰਾਇਲ ਸ਼ਰੀਫ ਸਾਹਿਬ ਨੂੰ ਉਹਨੇ ਕਿਹਾ ਅੱਛਾ ਮੈਂ ਫਿਰ ਕਾਦਰੀ ਨੂੰ ਵੀ ਬੁਲਾਣਾ ਇਹ ਆਪਣਾ ਬਰਤਾਨੀਆਂ ਤੋਂ ਮੈਂ ਫਿਰ ਮਾਡਲ ਟਾਊਨ ਵੀ ਕਰਾਨਾ ਤੇ ਮੈਂ ਇਹਨਾਂ ਨੂੰ ਇਕੱਠਿਆਂ ਕਰਕੇ ਇੱਥੇ ਬਿਠਾ ਦੇਣਾ ਉਹਨੇ ਕਿਹਾ ਬਿਠਾ ਦੇ ਰੌਲੇ ਕੋਈ ਨਹੀਂ ਆ ਉਹ ਯਾਦ ਨਹੀਂ ਜੇ ਮੁਸ਼ਾਦullah ਖਾਨ ਨੇ ਇੰਟਰਵਿਊ ਚ ਕਿਹਾ ਸੀ ਕਿ ਇੱਕ ਆਡੀਓ ਆਈ ਮੀਆਂ ਸਾਹਿਬ ਕੋਲ ਉਹਦੇ ਚ ਸਾਰਾ ਪਲਾਨ ਕਰਦੇ ਸੀ ਪਰ ਰਲ ਕੇ ਤੇ ਉਸ ਤੋਂ ਬਾਅਦ ਮੀਆਂ ਸਾਹਿਬ ਨੇ ਮੁਸ਼ਾਦullah ਖਾਨ ਨੂੰ ਵਿਜ਼ਾਰਤ ਤੋਂ ਲਾ ਦਿੱਤਾ ਕਿ ਤੂੰ ਇਹ ਕਿਉਂ ਕਿਹਾ ਗੱਲ ਸਮਝਦੇ ਹੋ ਕਿ ਨਹੀਂ ਸੰਤੇ ਪਤਾ ਹੈ ਨਾ ਤੇ ਮੇਰੇ ਯਾਰ ਮੁਸ਼ਾਦullah ਖਾਨ ਮਰਹੂਮ ਨੂੰ ਅੱਲਾਹ ਉਹਨੂੰ ਜੰਨਤ ਦੇ ਉਹਨੂੰ ਲਾ ਦਿੱਤਾ ਮੀਆਂ ਸਾਹਿਬ ਨੇ ਕਿ ਨਹੀਂ ਯਾਰ ਅਸੀਂ ਸੀਪੈਕ ਸ਼ੁਰੂ ਕੀਤਾ ਹੈ ਅਸੀਂ ਬਿਜਲੀ ਦੇ ਮਨਸੂਬੇ ਬਣਾ ਰਹੇ ਹਾਂ ਛੱਡ ਪਰ ਤੂੰ ਤੂੰ ਬਸ ਬਾਹਰ ਜਾ ਰਾਮ ਨਾਲ ਕੋਈ ਜਿਹੜੀ ਰਿਕਾਰਡਿੰਗ ਛੱਡਦਾ ਇਹਦੀ ਗੱਲ ਨਹੀਂ ਦੁਬਾਰਾ ਕਰਨੀ ਉਹ ਇਹ ਸੀ ਕਿ ਮਨਸੂਬਾ ਖਾਨ ਮੀਆਂ ਸਾਹਿਬ ਨੇ ਫੜ ਲੈਣ ਦਾ ਐਜੰਸੀਆਂ ਲੈ ਕੇ ਦੇ ਦਿੱਤਾ ਜੀ ਇਹ ਇਹ ਉਂਗਲੀ पे ਖਲੀ ਕਰਾਂਦਾ ਜੇ ਇਹਨੂੰ ਤੁਸੀਂ ਐਕਸਟੈਂਸ਼ਨ ਨਹੀਂ ਦਿੱਤੀ ਤੇ ਇਹ ਦੋ ਬੰਦੇ ਲੈ ਕੇ ਆਂਦੇ ਜੇ ਤੇ ਇੰਨੇ ਕਰਾਇਆ ਜੇ ਮਾਡਲ ਟਾਊਨ ਫਲਾਣੇ ਫਲਾਣੇ ਜਗ੍ਹਾ ਤੇ ਫਲਾ ਫਲਾ ਸਿਸਟਮ ਕਰਾਇਆ ਇਹਨੇ ਜੇਕਰ ਮੀਆਂ ਸਾਹਿਬ ਨੇ ਕਿਹਾ ਚੁੱਪ ਅਗਰ ਹੋਣ ਲੜੀਏ ਤੇ ਨਾ ਬਿਜਲੀਕਾਰ ਲੱਗਣੇ ਨੇ ਨਾ ਸੀਪੈਕ ਸ਼ੁਰੂ ਹੋਣਾ ਨਾ ਸੜਕਾਂ ਬਣਨੀਆਂ ਨੇ ਨਾ ਮੋਟਰਵੇ ਬਣਨੀ ਹੈ ਨਾ ਇਸ ਕਰਾਚੀ ਦਾ ਆਪਰੇਸ਼ਨ ਨਹੀਂ ਹੋਣਾ ਇਹ ਮੁਲਕ ਆਵਾਮ ਜਿਹੜੀ ਐਵੇਂ ਭੁੱਖੀ ਨੰਗੀ ਇਹਨਾਂ ਮਰ ਜਾਣਾ ਤੇ ਚੁੱਪ ਕਰ ਜਾਓ ਜ਼ੁਲਮ ਸਹਿ ਲੋ ਲੇਕਿਨ ਆਪਣੇ ਮਨਸੂਬੇ ਮੁਕੰਮਲ ਕਰੋ ਜੋ ਵਾਅਦੇ ਕਰਕੇ ਆਏ ਆ ਸਮਝਦੇ ਹੋ ਕਿ ਨਹੀਂ ਇਹ ਗੱਲਾਂ ਉਹ ਨੇ ਜਿਹੜੀਆਂ ਤੁਹਾਨੂੰ ਨਹੀਂ ਪਤਾ ਕਿਸੇ ਨੇ ਨਹੀਂ ਦੱਸਣੀਆਂ ਕਿਉਂਕਿ ਪਰ ਜਲਦੇ ਨੇ